ਤੇ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ। ਸੁਖਜਿੰਦਰ ਰੰਧਾਵਾ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਇੱਕ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਨਾਰਾਜ਼ ਸੁਖਜਿੰਦਰ ਰੰਧਾਵਾ ਨੇ ਅੱਜ ਬਟਾਲਾ ਦੇ ਵਿੱਚ ਪੁਲਿਸ ਨੂੰ ਇੱਕ ਸ਼ਿਕਾਇਤ ਸੌਂਪੀ। ਉਹਨਾਂ ਕੁਝ ਟੀ ਵੀ ਚੈਨਲਾਂ 'ਤੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ। ਉਹ ਐਸ ਐਸ ਪੀ ਬਟਾਲਾ ਨੂੰ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਇਨਸਾਫ ਲਈ ਅਦਾਲਤ ਵਿੱਚ ਜਾਣਗੇ ਅਤੇ 100 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਵੀ ਕੁਝ ਟੈਲੀਵਿਜ਼ਨ ਚੈਨਲਾਂ ਅਤੇ ਪੱਤਰਕਾਰਾਂ 'ਤੇ ਕਰਨਗੇ। ਸੁਖਜਿੰਦਰ ਰੰਧਾਵਾ ਦੇ ਨਾਲ ਨਾਲ ਬਟਾਲਾ ਦੇ ਐਸ ਐਸ ਪੀ ਨੇ ਕੀ ਕਿਹਾ, ਆਓ ਸੁਣਦੇ ਹਾਂ। ਜਿਹੜਾ ਵਿੱਚ ਲਿਖਿਆ ਅਦਰ ਅਨਨੋਨ ਅਕਿਊਜ਼ਡ, ਇਹ ਸਾਰੇ ਇਹਦੇ 'ਚ ਆਉਣਗੇ ਜਿਹੜੇ ਜਿਹੜੇ ਚੈਨਲ ਨੇ ਚਲਾਈ ਆ, ਉਹਨਾਂ ਸਾਰਿਆਂ ਨੂੰ ਅਸੀਂ ਇਹਦੇ 'ਚ ਲੈ ਕੇ ਆਵਾਂਗੇ। ਔਰ ਇਹਦੇ ਬਾਅਦ ਵਕੀਲ ਸਾਹਿਬ ਮੇਰੇ ਕੋਲ ਖੜ੍ਹੇ ਨੇ, ਅਸੀਂ ਡਿਫਮ ਉਹਨਾਂ ਨੂੰ 100 ਕਰੋੜ ਦਾ ਕੇਸ ਜਿਹੜਾ ਇਹ ਲਿਖਿਆ ਆ, ਅਸੀਂ ਉਹਨੂੰ ਕਰਨ ਲਈ ਜਾ ਰਹੇ ਹਾਂ। ਅੱਧੀਆਂ ਬਾਹਾਂ ਦੇ ਕੁੜਤੇ ਪਾਏ ਨੇ, ਇਹ ਪਤਾ ਨਹੀਂ ਕਿਹੜੇ ਦੇ। ਔਰ ਜਿਹੜਾ ਹਾਦਸਾ ਪਿੱਛੇ ਆ ਰਿਹਾ, ਉਹ ਦੋ ਬੰਦੇ ਅਸੀਂ ਖੜ੍ਹੇ ਹਾਂ ਅਤੇ ਹਾਸਾ 40-50 ਦਾ ਵਿਚਾਰੇ ਸੁਣ ਰਹੇ, ਉਹਨਾਂ ਕਿਵੇਂ ਹੱਸ ਰਹੇ ਨੇ। ਅਤੇ ਇਹ ਜਿਹੜੀ ਚੀਜ਼ਾਂ ਨੇ, ਇਹ ਮੇਰੇ ਜਿਹੜੇ ਪੋਲੀਟੀਕਲ ਓਪੋਨੈਂਟ ਨੇ ਉਹ ਉਹਨਾਂ ਨੂੰ ਹਤਾਸ਼ ਹੋ ਗਏ ਨੇ। ਔਰ ਤੁਸੀਂ ਆ ਜਿਹੜੇ ਜਿੰਨੇ ਖੜ੍ਹੇ ਹੋ, ਜਿੰਨੀ ਗੁਰੂ ਨਾਨਕ ਸਾਹਿਬ ਦੀ ਡੇਰਾ ਬਾਬਾ ਨਾਨਕ ਆਪਾਂ ਸਾਰਿਆਂ ਸੇਵਾ ਕੀਤੀ, ਔਰ ਰਸਤੇ ਦੇ ਵਿੱਚ ਜੋ ਮੇਰੇ ਵੱਲੋਂ ਆਪਣੀ ਮਿਹਨਤ ਔਰ ਸ਼ਿੱਦਤ ਦੇ ਨਾਲ ਮੈਂ ਕੰਮ ਕੀਤਾ ਔਰ ਜਿੰਨੀ ਡਿਵੋਸ਼ਨ ਦੇ ਨਾਲ ਉੱਥੇ ਕੀਤਾ, ਉਹ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਔਰ ਪਹਿਲਾਂ ਵੀ ਉਹ ਮੇਰੇ 'ਤੇ ਜਾਂ ਜਿਹੜੇ ਤੁਸੀਂ ਵੇਖਿਆ ਕਿ ਜਿਹੜੀ ਅਟੈਕ ਕਰ ਰਹੇ ਨੇ, ਪਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਗੁਰੂ ਸਾਹਿਬ ਦੇ ਜਿੰਨਾ ਬੇਅਦਬੀ ਕੀਤੀ ਆ, ਉਹਨਾਂ ਦੇ ਅਗੇਂਸਟ ਮੈਂ ਬੋਲਦਾ ਰਹਾਂਗਾ। ਮੇਰੀ ਜ਼ਬਾਨ ਕਦੀ ਬੰਦ ਨਹੀਂ ਹੋਏਗੀ, ਭਾਵੇਂ ਸਾਰੇ ਚੈਨਲ ਇਹੋ ਜਿਹੀਆਂ ਫੋਰਸਡ ਹੋਰ ਵੀ ਡਾਕੂਮੈਂਟਰੀਆਂ ਲਾਉਂਦੇ ਰਹਿਣ। ਇਹ ਕੰਪਲੇਂਟ ਦੇ ਵਿੱਚ ਜਿਹੜੀ ਇੱਕ ਵੀਡੀਓ ਰਿਕਾਰਡਿੰਗ ਚੱਲ ਰਹੀ ਹੈ ਉਹਦੇ ਬਾਰੇ ਦਿੱਤੀ ਹੈ, ਜਿਹੜੀ ਇਹ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ ਜਾਏਗੀ ਅਗਲੀ ਕਾਰਵਾਈ ਲਈ, ਜੋ ਵੀ ਅਸਲੀਅਤ ਉਹਦੇ ਮੁਤਾਬਕ ਅਸੀਂ ਕਰ ਰਹੇ ਹਾਂ। ਇਹਦੇ ਵਿੱਚ ਇਹੀ ਕਿਹਾ ਗਿਆ ਕਿ ਜਿਹੜੀ ਇਹ ਵੀਡੀਓ ਬਣੀ ਹੈ, ਇਹ ਮਤਲਬ ਠੀਕ ਨਹੀਂ, ਇਹਨੂੰ ਕੱਟ ਵੱਟ ਕਰਕੇ ਬਣਾਇਆ ਗਿਆ ਅਤੇ ਜਿਹੜੀ ਸਟੇਟ ਸਾਈਬਰ ਕ ਕਲੀਅਰ ਹੋ ਜਾਏਗੀ। ਉੱਧਰ ਸੁਖਜਿੰਦਰ ਰੰਧਾਵਾ ਦੀ ਇੱਕ ਵਾਇਰਲ ਵੀਡੀਓ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਹਮਲਾਵਰ ਰੁੱਖ ਅਪਣਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸੁਖਜਿੰਦਰ ਰੰਧਾਵਾ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰਨ। ਬਿਕਰਮ ਸਿੰਘ ਮਜੀਠੀਆ ਨੇ ਇੱਥੋਂ ਤੱਕ ਮੰਗ ਕੀਤੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ 'ਤੇ FIR ਦਰਜ ਹੋਣੀ ਚਾਹੀਦੀ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਇੱਥੇ ਕੇਸ ਰਜਿਸਟਰ ਹੋਵੇ, ਮੰਤਰੀ ਨੂੰ ਬਰਤਰਫ ਕੀਤਾ ਜਾਵੇ, ਇਹਦੀ ਸਾਰੇ ਦੀ ਜੁਡੀਸ਼ੀਅਲ ਜਾਂਚ ਹੋਵੇ ਤਾਂ ਜੋ ਸੱਚਾਈ ਜਿਹੜੀ ਹੈ ਲੋਕਾਂ ਦੇ ਸਾਹਮਣੇ ਜਿਹੜੀ ਹੈ ਉਹ ਆ ਸਕੇ। ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਕੇਸਾਂ ਦੀ ਤਰ੍ਹਾਂ ਮੁੱਖ ਮੰਤਰੀ ਸਾਹਿਬ ਇਹਨੂੰ ਗੰਦੀ ਰਾਜਨੀਤੀ ਦੇ ਵਿੱਚ ਪਾ ਕੇ ਉਲਝਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਐਟਲੀਸਟ ਸਾਨੂੰ ਉਹਨਾਂ ਤੋਂ ਉਮੀਦ ਹੈ, ਕਿਉਂਕਿ ਉਹਨਾਂ ਦਾ ਵੀ ਨਾਂ ਵਿੱਚ ਘਸੀਟਿਆ ਜਾ ਰਿਹਾ। ਕੋਈ ਚੰਗਾ ਨਹੀਂ ਲੱਗਦਾ ਜਿਸ ਤਰੀਕੇ ਉਹਨਾਂ ਦੇ ਬਾਰੇ 'ਚ ਵੀ ਉਹਨਾਂ ਦਾ ਮੰਤਰੀ ਬੋਲ ਰਿਹਾ, ਉਹ ਵੀ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਘੱਟੋ ਘੱਟ ਇਸ ਕੇਸ ਦੇ ਵਿੱਚ ਉਹ ਸੀਰੀਅਸਲੀ ਐਕਟ ਕਰਨਗੇ। ਪੰਜਾਬ ਦੀ ਕੀ ਸੋਚ ਹੈ, ਸਰਕਾਰ ਆਪਦੀ ਸਥਿਤੀ ਸਪਸ਼ਟ ਕਰੇ, ਨਹੀਂ ਕਰੂਗੀ ਦੈਨ ਦੇਰ ਆ ਲੋਟ ਔਰ ਵਾਦਰ ਰਸਤੇ ਜਿਹੜੇ ਲਏ ਜਾ ਸਕਦੇ ਆ, ਤਾਂ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰੂ। ਘੱਟੋ ਘੱਟ ਐਤਕੀ ਇਸ ਗੱਲ ਦੇ ਉੱਤੇ ਐਕਸੈਪਸ਼ਨਲੀ ਇਹਨੂੰ ਸਮਝਣਗੇ ਔਰ ਇਹ 'ਤੇ ਐਕਸ਼ਨ ਲੈਣਗੇ। ਸਾਨੂੰ ਉਮੀਦ ਹੈ ਹਾਲੇ ਵੀ ਉਹਨਾਂ ਤੋਂ ਕਿ ਘੱਟੋ ਘੱਟ ਇਸ ਗੱਲ ਨੂੰ ਸਪੇਅਰ ਨਹੀਂ ਕਰਨਗੇ। ਬਹੁਤ ਗੱਲਾਂ ਉਹਨਾਂ ਨੇ ਅੱਗੇ ਜਿਹਨਾਂ 'ਤੇ ਐਕਸ਼ਨ ਹੋਣਾ ਚਾਹੀਦਾ ਸੀ ਨਹੀਂ ਕੀਤਾ, ਇਹ ਅਸਤੀਫਾ ਨਹੀਂ ਦਿੰਦੇ ਤਾਂ ਉਹਨੂੰ ਤੁਰੰਤ ਅਸਤੀਫਾ ਹਟਾ ਕੇ ਇਨਕੁਆਇਰੀ ਆਰਡਰ ਕਰਨ ਦਾ ਫਾਇਦਾ ਹੀ ਤਾਂ ਆ ਜੇ ਪਹਿਲਾਂ ਮੰਤਰੀ ਪਦ ਤੋਂ ਹਟਾਓਗੇ। ਸੁਖਜਿੰਦਰ ਰੰਧਾਵਾ ਬਾਰੇ ਇੱਕ ਵਾਇਰਲ ਵੀਡੀਓ 'ਤੇ ਸਿਆਸਤ ਗਰਮਾ ਗਈ ਹੈ। ਹਾਲਾਂਕਿ ਸੁਖਜਿੰਦਰ ਰੰਧਾਵਾ ਦਾ ਦਾਅਵਾ ਹੈ ਕਿ ਇਸ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ। ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਕੋਈ ਪੁਰਾਣੀ ਵੀਡੀਓ ਸੀ ਜਿਸ ਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਲਈ, ਅਤੇ ਕੁਝ ਚੈਨਲਾਂ ਨੇ ਇਸ ਵਾਇਰਲ ਵੀਡੀਓ ਨੂੰ ਪ੍ਰਸਾਰਿਤ ਕੀਤਾ। ਉੱਧਰ ਜਿੱਥੇ ਉਹ ਜਾਂਚ ਦੀ ਮੰਗ ਕਰ ਰਹੇ ਨੇ, ਉੱਧਰ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵੱਲੋਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਵਾਈ ਕਰਨ।
ਹਾਲਾਂਕਿ ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ 'ਚ ਹੈ ਕਿ ਉਹ ਕੀ ਕਾਰਵਾਈ ਕਰਦੇ ਨੇ। ਉੱਧਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੁਖਜਿੰਦਰ ਰੰਧਾਵਾ ਦੇ ਖਿਲਾਫ਼ ਤਿੱਖਾ ਬਿਆਨ ਜਾਰੀ ਕੀਤਾ। ਉੱਧਰ ਸੁਖਜਿੰਦਰ ਰੰਧਾਵਾ ਦੇ ਕਈ ਸਮਰਥਕ ਵੀ ਸੁਖਜਿੰਦਰ ਰੰਧਾਵਾ ਦੇ ਨਾਲ ਖੜ੍ਹੇ ਨੇ। ਆਓ ਸੁਣਦੇ ਹਾਂ ਇਸ ਪੂਰੀ ਸਿਆਸਤ 'ਤੇ ਵੱਖ ਵੱਖ ਲੀਡਰਾਂ ਦਾ ਕੀ ਬਿਆਨ ਹੈ। ਸੁਖੀ ਰੰਧਾਵਾ ਸਾਹਿਬ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਉਹਦੀ ਅੱਤ ਨਿੰਦਾ ਕਰਦੇ ਹਾਂ ਔਰ ਉਹਦੀ ਵੱਡੇ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ ਔਰ ਬੇਨਤੀ ਕਰਦੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਕਿ ਇਹਦੇ 'ਤੇ ਕਰੜਾ ਸੰਗਿਆਨ ਲੈਂਦਿਆਂ ਇਹਦੀ ਪੜਤਾਲ ਕਰਾ ਕੇ ਤਕੜੀ ਸਜ਼ਾ ਦਿੱਤੀ ਜਾਵੇ। ਤੁਰੰਤ ਜਿਹੜਾ ਹੈਗਾ ਸੁਖਜਿੰਦਰ ਰੰਧਾਵਾ ਜੀ ਮਾਫ਼ੀ ਮੰਗਣ ਔਰ ਅਕਾਲ ਤਖ਼ਤ ਜਿਹੜਾ ਹੈਗਾ ਇਹਨਾਂ ਨੂੰ ਇੱਕ ਸਜ਼ਾ ਲਾਵੇ ਤਾਂ ਕਿ ਇੱਕ ਸੰਦੇਸ਼ ਜਾਵੇ ਲੋਕਾਂ 'ਚ ਕਿ ਕੱਲ੍ਹ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਾ ਬੋਲੇ ਔਰ ਇੱਕ ਪਾਸੇ ਸਰਕਾਰ ਅਡੰਬਰ ਰਚ ਰਹੀ ਹੈ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ 550 ਗੁਰਪੁਰਬ ਮਨਾ ਰਹੇ ਹਾਂ ਔਰ ਦੂਸਰੇ ਪਾਸੇ ਇਸ ਤਰ੍ਹਾਂ ਦੀ ਜਿਹੜੀ ਮਾੜੀ ਸ਼ਬਦਾਵਲੀ ਵਰਤਣਾ ਔਰ ਇਸ ਤਰ੍ਹਾਂ ਦਾ ਹਾਸਾ ਠੱਠਾ ਕਰਨਾ ਬਹੁਤ ਹੀ ਮਾੜੀ ਗੱਲ ਹੈ, ਬਹੁਤ ਹੀ ਨਿੰਦਣ ਯੋਗ ਹੈ। ਜਿਸ ਮਾਲਕ ਦੀ ਵਡਿਆਈ ਇਹ ਸਾਰੇ ਜੁਗੋ ਜਗ 'ਚ ਹੋ ਰਹੀ ਹੋਵੇ ਉਸ ਮਾਲਕ ਦੇ ਪ੍ਰਤੀ ਐਸੇ ਅਲਫਾਜ਼ ਕਹਿਣਾ ਇਹ ਪਾਪ ਨਹੀਂ ਮਹਾਂਪਾਪ ਆ, ਜ਼ਬਾਨ ਸੜ ਜਾਣੀ ਚਾਹੀਦੀ ਅਸੀਂ ਗੱਲ ਕਹਿਣ ਤੋਂ ਪਹਿਲਾਂ। ਵੈਸੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਫਰਜ਼ ਬਣਦਾ ਸੀ ਇਸ ਬੱਜਰ ਗੁਨਾਹ ਵਾਸਤੇ ਗੱਲ 'ਚ ਪੱਲਾ ਪਾ ਕੇ ਆਪ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਅਤੇ ਆਪਣੀ ਖਿਮਾ ਦੀ ਯਾਚਨਾ ਕਰਦੇ ਔਰ ਕਹਿੰਦੇ ਕਿ ਜੋ ਸਾਨੂੰ ਸਜ਼ਾ ਮੈਨੂੰ ਕਿਹੜੇ ਤੋਂ ਕਿਹੜੀ ਲਾਈ ਜਾ ਸਕਦੀ ਆ, ਮੈਨੂੰ ਲਾਓ ਮੈਂ ਇੱਕ ਸਿੱਖ ਹੋ ਕੇ ਬੜਾ ਮਹਾਂਪਾਪ ਕਰ ਬੈਠਾ ਹੈ, ਪਰ ਉਸ ਦੇ ਉੱਤੇ ਪੜਦਾ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੋਣ ਉਹ ਉਸ ਤੋਂ ਵੀ ਵੱਡਾ ਪਾਪ ਆ। ਅਸੀਂ ਜਥੇਦਾਰ ਸਾਹਿਬ ਅੱਗੇ ਜ਼ਰੂਰ ਬੇਨਤੀ ਕਰਦੇ ਹਾਂ ਐਸੀ ਪਾਪ ਕਰਨ ਵਾਲੇ ਲੋਕਾਂ ਦੇ ਉੱਤੇ ਐਸਾ ਬੱਜਰ ਗੁਨਾਹ ਕਰਨ ਵਾਲੇ ਲੋਕਾਂ ਦੇ ਖਿਲਾਫ਼ ਕੜੀ ਤੋਂ ਕੜੀ ਜਿਹੜੇ ਆ ਸਖ਼ਤ ਕਦਮ ਚੁੱਕਣੇ ਚਾਹੀਦੇ ਨੇ ਔਰ ਐਸੀ ਸਜ਼ਾ ਲਾਉਣੀ ਚਾਹੀਦੀ ਆ ਤਾਂ ਕਿ ਦੁਬਾਰਾ ਕੋਈ ਐਸੀ ਕਰਨ ਦੀ ਜ਼ਰੂਰਤ ਨਾ ਕਰ ਸਕੇ। ਅਤੇ ਹੁਣ ਰੁੱਖ ਕਰਦੇ ਹਾਂ ਇੱਕ ਬੜੀ ਅਹਿਮ ਖਬਰ ਦਾ। ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਪਿਛਲੇ 3 ਸਾਲਾਂ ਤੋਂ ਇਸ ਲਾਰੇ ਦੇ ਖਤਮ ਹੋਣ ਦੀ ਉਡੀਕ ਸੀ, ਇੱਕ ਤੋਂ ਬਾਅਦ ਇੱਕ, ਕਦੇ ਦੀਵਾਲੀ ਕਦੇ ਅਗਲੀ ਦੀਵਾਲੀ ਅਤੇ ਹੁਣ 26 ਜਨਵਰੀ ਦੀ ਤਰੀਕ ਦਿੱਤੀ ਗਈ ਸੀ ਕਿ 26 ਜਨਵਰੀ ਨੂੰ ਸਮਾਰਟਫੋਨ ਦਿੱਤੇ ਜਾਣਗੇ। ਹਾਲਾਂਕਿ 26 ਜਨਵਰੀ ਤੋਂ ਪਹਿਲਾਂ ਦਸੰਬਰ ਦੀ ਗੱਲ ਕਹੀ ਗਈ ਸੀ ਜ਼ਿਮਨੀ ਚੋਣਾਂ ਤੋਂ ਪਹਿਲਾਂ, ਜਿਹੜੀਆਂ ਹੁਣੇ 4 ਜ਼ਿਮਨੀ ਚੋਣਾਂ ਹੋ ਕੇ ਲੰਘੀਆਂ ਨੇ। ਉਸ ਦਰਮਿਆਨ ਕੈਪਟਨ ਅਮਰਿੰਦਰ ਨੇ ਵੀ ਔਰ ਮਨਪ੍ਰੀਤ ਬਾਦਲ ਨੇ ਵੀ ਵੱਖ ਵੱਖ ਮੰਚਾਂ ਤੋਂ ਕਿਹਾ ਸੀ ਕਿ ਦਸੰਬਰ 'ਚ ਸਮਾਰਟਫੋਨ ਦੇ ਦੇਵਾਂਗੇ। ਨੌਜਵਾਨ ਬੜੀ ਆਸ 'ਚ ਸੀ, ਪੰਜਾਬ 'ਚ ਵੱਡੀ ਗਿਣਤੀ 'ਚ ਨੌਜਵਾਨ ਨੇ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਨੇ। ਅਤੇ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਫਿਰ ਵੱਡਾ ਫੈਸਲਾ ਕਰ ਦਿੱਤਾ ਹੈ ਕਿ ਸਮਾਰਟਫੋਨ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਮਿਲਣਗੇ ਜਿਹੜੇ 2019 ਅਤੇ 2020 ਦੇ ਸੈਸ਼ਨ ਦਰਮਿਆਨ ਪੜ੍ਹਾਈ ਕਰ ਰਹੇ ਨੇ। ਸੋ 2017 ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਵੱਲੋਂ ਇਸ ਤਰੀਕੇ ਦਾ ਕੋਈ ਐਲਾਨ ਨਹੀਂ ਸੀ ਕਿ ਅਸੀਂ 2019 ਤੋਂ 2020 ਵੇਲੇ ਦੇ ਵਿਦਿਆਰਥੀਆਂ ਨੂੰ, ਉਹ ਵੀ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਵਾਂਗੇ। ਸੋ ਇਸ ਫੈਸਲੇ ਨੂੰ ਕਾਫ਼ੀ ਨਾ ਪੱਖੀ ਹੁੰਗਾਰੇ ਦੇ ਤੌਰ 'ਤੇ ਦੇਖਿਆ ਜਾ ਰਿਹਾ, ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਤੌਰ 'ਤੇ ਸਰਕਾਰ ਦੇ ਇਸ ਫੈਸਲੇ 'ਤੇ ਤਿੱਖਾ ਪ੍ਰਤੀਕਰਮ ਆ ਰਿਹਾ। ਇਸੇ ਮਸਲੇ 'ਤੇ ਗੱਲ ਕਰਾਂਗੇ, ਸੀਨੀਅਰ ਪੱਤਰਕਾਰ ਵਿਜੇ ਮੌਰਿਆ ਮੇਰੇ ਨਾਲ ਮੌਜੂਦ ਨੇ। ਮੌਰਿਆ ਸਾਹਿਬ, ਸਮਾਰਟਫੋਨ ਬਹੁਤ ਵੱਡੀ ਯੋਜਨਾ ਸੀ ਕੈਪਟਨ ਅਮਰਿੰਦਰ ਦੀ, ਕਿਵੇਂ ਵੇਖਦੇ ਹੋ ਕੀ ਹੁਣ ਸਮਾਰਟਫੋਨ ਮਿਲ ਜਾਣਗੇ ਜਾਂ ਇਹ ਵੀ ਨਹੀਂ ਮਿਲਣਗੇ? ਦੇਖੋ ਡੱਲਾ ਸਾਹਿਬ, ਜਿਹੜੇ ਫੋਨ ਦੇਣ ਦੀ ਗੱਲ ਹੈ, ਪਹਿਲਾਂ ਤਾਂ ਸਰਕਾਰ ਨੇ 3 ਸਾਲ ਲਾ ਤੇ ਫੋਨ ਹੀ ਨਹੀਂ ਡਿਲੀਵਰ ਕੀਤੇ, ਹਜੇ ਵੀ ਕੋਈ ਪੱਕੀ ਗੱਲ ਨਹੀਂ ਹੈ, ਹਾਲਾਂਕਿ ਸਰਕਾਰ ਦਾਅਵਾ ਕਰੇ ਕਿ ਨਹੀਂ ਅਸੀਂ ਦੇਵਾਂਗੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੀ ਪਹਿਲਾਂ ਜਦੋਂ ਸਰਕਾਰ ਆਉਣੀ ਸੀਗੀ ਤਾਂ ਇਹਨਾਂ ਨੇ ਕਿਹਾ ਸੀ ਲਗਭਗ 30 ਲੱਖ ਮੋਬਾਈਲ ਅਸੀਂ ਜਿਹੜੇ ਯੂਥ ਆ ਜਿਨ੍ਹਾਂ ਨੇ ਫਾਰਮ ਭਰੇ ਸੀਗੇ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਸੀ। ਹੁਣ ਸਰਕਾਰ ਨੇ ਇਹਦੇ 'ਚ ਵੀ ਇੱਕ ਕਲੋ ਕੱਢ ਲਈ ਹੈ ਕਿ ਵੀ ਅਸੀਂ ਹੁਣ ਤਾਂ ਜਿਹੜੇ 2019 ਅਤੇ 2020 ਦੇ ਜਿਹੜੇ +1 +2 ਦੇ ਬੱਚੇ ਆ ਸਿਰਫ ਉਹਨਾਂ ਨੂੰ ਦੇਵਾਂਗੇ। ਉਹਦੇ 'ਚ ਵੀ ਕੋਈ ਇਹਨਾਂ ਨੇ ਇਹ ਵਾਅਦਾ ਨਹੀਂ ਕੀਤਾ ਵੀ ਕਿੰਨੀ ਸੰਖਿਆ ਦੇ ਵਿੱਚ ਅਸੀਂ ਦੇਵਾਂਗੇ। ਫਿਰ ਉਸ ਤੋਂ ਬਾਅਦ ਜਿਹੜੇ ਕਾਲਜ ਦੇ ਮੁੰਡੇ ਸੀਗੇ, ਜਿਹੜੇ IT ਵਗੈਰਾ ਦੇ ਬੱਚੇ ਸੀਗੇ, IIT ਵਗੈਰਾ ਕਰ ਰਹੇ ਸੀਗੇ, ਪੋਲੀਟੈਕਨਿਕ ਵੱਲੋਂ, ਉਹਨਾਂ ਨੇ ਵੀ ਕਿਹਾ ਸੀਗਾ ਦੇਵਾਂਗੇ। ਇਹਨਾਂ ਨੇ ਕਿਹਾ ਸੀ ਸਾਰੇ ਯੂਥ ਨੂੰ ਦੇਵਾਂਗੇ। ਹੁਣ ਸਰਕਾਰ ਨੇ ਪਲਟੀ ਮਾਰਦੇ ਹੋਏ ਉਹਦੇ ਆਂਕੜੇ ਬੜੇ ਸੀਮਿਤ ਕਰਤੇ ਹੈ। ਮੈਂ ਸਮਝਦਾ ਕਿ ਇਹ ਵੀ ਯੂਥ ਨਾਲ ਇੱਕ ਧੋਖਾ ਹੈ ਔਰ ਇਸ ਚੀਜ਼ ਦਾ ਸਰਕਾਰ ਨੂੰ ਖਾਮਿਆਜਾ ਭੁਗਤਣਾ ਪੈ ਸਕਦਾ, ਕਿਉਂਕਿ ਯੂਥ ਜਿਹੜਾ ਨਾ ਇੱਕਦਮ ਆਪਣਾ ਡਿਸਾਈਡ ਜਿਹੜਾ ਵੋਟਿੰਗ ਕਰਦਾ ਕਰਦਾ। ਮੌਰਿਆ ਸਾਹਿਬ, ਮੈਂ ਇਹ ਮਹਿਸੂਸ ਕਰਦਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੀ, ਹਾਲਾਂਕਿ ਕੋਈ ਅਫੀਸ਼ੀਅਲ ਅੰਕੜਾ ਨਹੀਂ ਹੈ, ਲੇਕਿਨ ਮੰਨਿਆ ਜਾ ਰਿਹਾ ਸੀ ਕਿ 30 ਲੱਖ ਦੇ ਕਰੀਬ ਫਾਰਮ ਹੈ ਜਿਹੜੇ ਪੰਜਾਬ 'ਚ ਭਰੇ ਗਏ ਸੀ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਰਜ਼ੇ ਦੀ ਕਿਸ਼ਤ ਦੇਣ ਦੀ ਲੋੜ ਨਹੀਂ, ਕਿਸਾਨਾਂ ਦਾ ਕਰਜ਼ਾ ਮੈਂ ਆ ਕੇ ਮਾਫ਼ ਕਰੂੰਗਾ, ਅਤੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਸੀ ਮੋੜੀਆਂ, ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਨੋਟਿਸ ਵੀ ਬੈਂਕਾਂ ਤੋਂ ਆਏ। ਪਰ ਜਿਹੜੀ ਪੋਲੀਟੀਕਲ ਜਮਾਤ ਹੈ, ਜਿਹੜੀ ਸਿਆਸੀ ਜਮਾਤ ਹੈ, ਚੋਣਾਂ ਤੋਂ ਪਹਿਲਾਂ ਜਿਹੜੇ ਇਸ ਤਰੀਕੇ ਦੇ ਵਾਅਦੇ ਕਰਕੇ ਨੌਜਵਾਨਾਂ ਨੂੰ ਭਰਮਾ ਲਿਆ ਜਾਂਦਾ,
ਭਾਵੇਂ ਦੇਸ਼ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ, ਇਸ ਤਰ੍ਹਾਂ ਦੀਆਂ ਗੱਲਾਂ ਇਹ ਹੁਣ ਅੱਜ ਦੇ ਸਮੇਂ 'ਚ ਕਿਹੋ ਜਿਹਾ ਅਸਰ ਪਾਉਣਗੀਆਂ? ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਔਰ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਛਵੀ 'ਤੇ ਇਹਦਾ ਕੀ ਅਸਰ ਜਾਵੇਗਾ? ਕੀ ਆਮ ਲੋਕ, ਦੇਖੋ ਪੋਲੀਟੀਕਲ ਪਾਰਟੀਆਂ ਤਾਂ ਕਹਿ ਰਹੀਆਂ ਨੇ ਕੈਪਟਨ ਅਮਰਿੰਦਰ ਨੇ ਵਾਅਦਾ ਖਿਲਾਫੀ ਕਰਤੀ, ਕੈਪਟਨ ਅਮਰਿੰਦਰ ਨੇ ਧੋਖਾ ਕਰਤਾ, ਮੈਂ ਉਹ ਨਹੀਂ ਕਹਿੰਦਾ, ਆਮ ਵਿਦਿਆਰਥੀਆਂ 'ਚ, ਆਮ ਨੌਜਵਾਨਾਂ 'ਚ ਲੀਡਰਾਂ ਦੀਆਂ ਇਸ ਤਰੀਕੇ ਦੀਆਂ ਵਾਅਦਿਆਂ ਦੇ ਪ੍ਰਤੀ ਕਿਹੋ ਜਿਹੀ ਹੁਣ ਸੋਚ ਬਣੂਗੀ? ਕੀ ਸੋਚਣਗੇ ਨੌਜਵਾਨ ਲੀਡਰਾਂ ਦੇ ਵਾਅਦਿਆਂ 'ਤੇ? ਹੁਣ ਬਿਲਕੁਲ ਡੱਲਾ ਸਾਹਿਬ, ਦੇਖੋ ਜਿਹੜੇ ਕਿਸਾਨੀ ਦੇ ਕਰਜ਼ੇ ਦੀ ਤੁਸੀਂ ਗੱਲ ਕੀਤੀ, ਉਹਦੇ 'ਚ ਵੀ ਵਾਅਦਾ ਖਿਲਾਫੀ ਹੋਈ। ਪਹਿਲਾਂ ਕਹਿੰਦੇ ਸੀ ਸਾਰੇ ਮਾਫ਼ ਕਰ ਦਾਂਗੇ, ਹੁਣ ਉਹਦੇ 'ਚ ਵੀ ਇੱਕ ਬਲੋਕ ਲਗਾਤਾ ਕਿ 2 ਲੱਖ ਤੱਕ ਦਾ ਕਰਜ਼ਾ ਸੀ, ਅਤੇ ਉਹ ਵੀ ਜਿਹੜੇ ਹੋਰ ਕਿਸਾਨ ਸੀ, ਕਾਫੀ ਕਿਸਾਨਾਂ ਨੂੰ ਇਹ ਮਦਦ ਨਹੀਂ ਮਿਲ ਪਾਈ ਹੈ, ਉਹ ਵੀ ਨਾਰਾਜ਼ ਕਰ ਲਏ। ਦੂਸਰੀ ਗੱਲ, ਸਟੂਡੈਂਟਸ ਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਅਸੀਂ ਪਲੱਸ 1 ਪਲੱਸ 2 ਜਾਂ ਜਿਹੜੇ ਪੋਲੀਟੈਕਨਿਕ ਜਾਂ IIT ਕਰ ਰਹੇ ਆ ਜਾਂ IT ਕਰ ਰਹੇ ਆ ਉਹਨਾਂ ਨੂੰ ਦੇਵਾਂਗੇ, ਉਹ ਵੀ ਨਹੀਂ ਹੋਇਆ। ਅਤੇ ਮੇਰਾ ਕਹਿਣ ਦਾ ਮਤਲਬ ਕਿ ਜਿਹੜਾ ਇੱਕ ਜਿਹੜਾ ਚੋਣ ਮੈਨੀਫੈਸਟੋ ਬਣਦਾ, ਜਦੋਂ ਸਰਕਾਰਾਂ ਵਾਅਦੇ ਕਰਦੀਆਂ ਨੇ ਉਹਦੇ 'ਚ ਬਾਏ ਰਿਟਰਨ ਹੁੰਦਾ। ਤੁਹਾਨੂੰ ਮੈਂ ਇੱਕ ਗੱਲ ਯਾਦ ਦਵਾਵਾਂ, ਕੁਛ ਦੇਰ ਪਹਿਲਾਂ ਇੱਕ ਦੇਸ਼ 'ਚ ਬਹਿਸ ਵੀ ਛਿੜੀ ਸੀਗੀ, ਔਰ ਖਾਸ ਤੌਰ 'ਤੇ ਅਕਾਲੀ ਦਲ ਨੇ ਇਹ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਚੱਕਿਆ ਸੀ ਵੀ ਜਿਹੜੀ ਪਾਰਟੀਆਂ ਆਪਣੇ ਮੈਨੀਫੈਸਟੋ ਦਾ ਜਿਹੜਾ ਕੋਲਮ ਦਿੰਦੀਆਂ ਵੀ ਅਸੀਂ ਆਹ ਵਾਅਦੇ ਕੀਤੇ, ਉਹ ਅਗਰ ਪੂਰੇ ਨਹੀਂ ਕਰਦੇ ਤਾਂ ਉਹਦੇ 'ਚ ਕਾਨੂੰਨੀ ਉਹਦੇ 'ਤੇ ਨੋਟਿਸ ਜਾਰੀ ਕੀਤਾ ਜਾਵੇ, ਬਕਾਇਦਾ ਸਜ਼ਾ ਦਾ ਪ੍ਰਾਵਧਾਨ ਕੀਤਾ ਜਾਵੇ ਕਿ ਇਹ ਵਾਅਦਾ ਖਿਲਾਫ਼। ਮੰਗ ਉੱਠੀ ਸੀ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਦਿੱਤੇ ਗਏ, ਆਮ ਆਦਮੀ ਪਾਰਟੀ ਨੇ ਵੀ ਮੰਗ ਪੱਤਰ ਦਿੱਤੇ ਗਏ, ਪਰ ਕੀ ਵਕਤ ਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਸਰਗਰਮ ਹੋਵੇ, ਨਹੀਂ ਤਾਂ ਇਹ ਲੋਕਤੰਤਰ 'ਤੇ ਬਹੁਤ ਵੱਡਾ ਖਤਰਾ ਖੜਾ ਹੋਊਗਾ, ਪੋਲੀਟੀਕਲ ਪਾਰਟੀਆਂ ਝੂਠ ਬੋਲ ਕੇ ਸਰਕਾਰ ਬਣਾਉਣਗੀਆਂ। ਜੀ ਬਿਲਕੁਲ, ਇਹ ਤੁਹਾਡੀ ਬਿਲਕੁਲ ਗੱਲ ਸਹੀ ਹੈ। ਆਉਣ ਵਾਲੇ ਵਕਤ ਦੇ ਵਿੱਚ ਮੈਨੂੰ ਲੱਗਦਾ ਕਿ ਚੋਣ ਕਮਿਸ਼ਨ ਵੀ ਇਹਦੇ 'ਤੇ ਜਾਗਰੂਕ ਹੋਏਗਾ। ਦੂਸਰੀ ਗੱਲ ਇਹ, ਜਾਂ ਸਾਡੇ ਦੇਸ਼ ਦੀਆਂ ਵੱਡੀਆਂ ਅਦਾਲਤਾਂ ਨੂੰ ਹੀ ਦਖਲ ਦੇਣਾ ਪੈਣਾ। ਚੋਣ ਕਮਿਸ਼ਨ ਕਿਤਨਾ ਕਿਤੇ ਸਰਕਾਰਾਂ ਦੇ ਪ੍ਰਭਾਵ 'ਚ ਰਹਿੰਦਾ ਮੌਰਿਆ ਸਾਹਿਬ ਜੀ, ਕਿ ਸੁਪਰੀਮ ਕੋਰਟ ਵਰਗੀ ਸਾਡੀ ਸੰਸਥਾ ਨੂੰ ਖੁਦ ਪਹਿਲ ਕਰਕੇ ਕੋਈ ਹੁਕਮ ਦੇਣੇ ਪੈਣੇ ਨੇ ਪਾਰਲੀਮੈਂਟ ਨੂੰ ਜਾਂ ਸਰਕਾਰ ਨੂੰ, ਸੁਝਾਅ, ਹੁਕਮ ਨਹੀਂ ਤਾਂ ਸੁਝਾਅ। ਜੀ ਬਿਲਕੁਲ, ਇਹ ਤਾਂ ਸੁਪਰੀਮ ਕੋਰਟ ਨੂੰ ਇਹਦੇ 'ਚ ਅੱਗੇ ਵੱਧ ਕੇ ਆਉਣਾ ਚਾਹੀਦਾ ਕਿ ਕੋਈ ਵੀ ਸਰਕਾਰ, ਕੋਈ ਵੀ ਪਾਰਟੀ, ਰਾਜਨੀਤਿਕ ਪਾਰਟੀ ਐਸਾ ਕੋਈ ਝਾਂਸਾ ਨਾ ਦੇਵੇ ਜਿਹਦੇ ਨਾਲ ਜਿਹੜਾ ਪੋਲਿੰਗ ਹੈ ਉਹ ਇੱਕ ਤਰਫਾ ਹੋ ਜਾਵੇ ਇਹਦੇ ਵਿੱਚ, ਕਿਉਂਕਿ ਦੇਖੋ ਇਹ ਪਾਰਟੀਆਂ ਕਰਦੀਆਂ ਧੋਖੇ, ਪਹਿਲਾਂ ਤਾਂ ਕੁਛ ਕਹਿੰਦੀਆਂ, ਬਾਅਦ 'ਚ ਉਹਦੇ 'ਚ ਆਪਣੀ ਗਰਾਰੀ ਘੁਮਾ ਦਿੰਦੀਆਂ, ਜਿਹਦੇ ਕਰਕੇ ਲੋਕ ਮਾਯੂਸ ਹੁੰਦੇ ਆ। ਔਰ ਖਾਸ ਤੌਰ 'ਤੇ ਪੰਜਾਬ ਦੀ ਕਿਸਾਨੀ ਦਾ ਵੈਸੇ ਬੜਾ ਬੇੜਾ ਗਰਕ ਹੋਇਆ ਪਿਆ, ਕਿਸਾਨਾਂ ਦੇ ਆਰਥਿਕ ਹਾਲਾਤ ਪੂਰੇ ਦੇਸ਼ 'ਚ ਚੰਗੇ ਨਹੀਂ ਹੈਗੇ, ਤਾਂ ਸਰਕਾਰਾਂ ਨੂੰ ਘੱਟੋ ਘੱਟ ਕਿਸਾਨਾਂ ਨੂੰ ਇੱਦਾਂ ਦੇ ਪੇਚੇ 'ਚ ਨਾ ਫਸਾਏ ਜਾਣ। ਦੂਸਰੀ ਗੱਲ, ਯੂਥ ਜਿਹੜਾ ਸਾਡੇ ਦੇਸ਼ ਦੀ ਨੀਂਹ ਹੈ, ਉਹਨੂੰ ਵੀ ਗੁੰਮਰਾਹ ਨਹੀਂ ਕਰਨਾ ਚਾਹੀਦਾ, ਉਹਦਾ ਵੀ ਟੈਲੈਂਟ ਨੂੰ ਚੰਗੇ ਪਾਸੇ ਯੂਜ਼ ਕਰਨ ਲਈ ਬਿਲਕੁਲ ਸਰਕਾਰ ਨੂੰ ਪੋਲਿਸੀ ਬਣਾਉਣੀ ਚਾਹੀਦੀ, ਨਾ ਕਿ ਗੁੰਮਰਾਹ ਕਰਨਾ ਚਾਹੀਦਾ। ਬਿਲਕੁਲ, ਔਰ ਸਾਡੇ ਨੌਜਵਾਨਾਂ ਨੂੰ ਵੀ ਹੋਰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ। ਉਂਝ ਸਾਡੇ ਨੌਜਵਾਨ ਜਾਗਰੂਕ ਹੋ ਰਹੇ ਨੇ, ਪਰ ਹੋਰ ਜਾਗਰੂਕ ਹੋਣ ਦੀ ਲੋੜ ਹੈ ਕਿ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਨਾਲ ਇਸ ਤਰੀਕੇ ਦੇ ਵਾਅਦੇ ਨਾ ਕਰਨ ਜਿਹੜੇ ਬਾਅਦ ਦੇ ਵਿੱਚ ਪੂਰੇ ਨਾ ਹੋ ਸਕਣ। ਸੋ ਲੋਕਤੰਤਰ ਦੇ ਵਿੱਚ ਇਹ ਜਿਹੜਾ ਸਮਾਂ ਹੈ ਇਹ ਬਹੁਤ ਚੁਣੌਤੀਪੂਰਨ ਬਣ ਗਿਆ। ਅਗਲੀ ਇੱਕ ਹੋਰ ਅਹਿਮ ਖਬਰ ਹੈ, ਉਹਦਾ ਰੁੱਖ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਰਾਜਨੀਤੀ ਅਤੇ ਧਰਮ ਦੇ ਨਾਲ ਨਾਲ ਸਮਾਜ ਦੇ ਹਰ ਖਿੱਤੇ ਨਾਲ ਜੁੜੀਆਂ ਸ਼ਖਸੀਅਤਾਵਾਂ ਉਚੇਚੇ ਤੌਰ 'ਤੇ ਪਹੁੰਚੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਉਚੇਚੇ ਤੌਰ 'ਤੇ ਪਹੁੰਚੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਇਸ ਮੌਕੇ ਪੁੱਜੇ। ਧਾਰਮਿਕ ਜਗਤ ਦੀਆਂ ਕਈ ਜਥੇਬੰਦੀਆਂ ਵੀ ਉਚੇਚੇ ਤੌਰ 'ਤੇ ਆਪਣੇ ਆਗੂਆਂ ਸਣੇ ਇਸ ਮੌਕੇ ਪਹੁੰਚੀਆਂ। ਸੋ ਬੜਾ ਮਾੜਾ ਸੰਤਾਪ, ਦੁੱਖ ਅਤੇ ਅਫਸੋਸ ਪੰਜਾਬ ਅਤੇ ਪੰਜਾਬ ਦੇ ਵਾਸੀਆਂ ਵਾਸਤੇ। 10 ਸਾਲ ਬਾਦਲ ਅਤੇ BJP ਦੀ ਗੌਰਮੈਂਟ, ਹਾਲਾਤ ਬਦਤਰ। 3 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਹਾਲਾਤ ਵੱਧ ਤੋਂ ਬਦਤਰ ਹੋ ਗਏ। ਮਤਲਬ ਕਿ ਜਿਹੜਾ 10 ਸਾਲ ਬਾਦਲਾਂ ਦਾ ਮਾਫੀਆ ਪੰਜਾਬ ਨੂੰ ਲੁੱਟ ਰਿਹਾ ਸੀ, ਰੈਵਨਿਊ ਦੇ ਨੱਕੇ ਵੱਢ ਕੇ ਆਪਣੇ ਘਰਾਂ ਵੱਲੋਂ ਮੋੜੇ ਹੋਏ ਸੀ, ਸੇਮ ਕੰਮ ਕੈਪਟਨ ਅਮਰਿੰਦਰ ਅਤੇ ਉਹਦੀ ਜੁੰਡਲੀ ਕਾਂਗਰਸੀ ਕਰ ਰਹੇ। ਸੋ ਅਫਸੋਸ ਆ ਕਿ ਉਹ ਸੂਬਾ ਜਿਹੜਾ ਸਾਡੇ ਦੇਸ਼ ਦੇ ਸਭ ਤੋਂ ਅਮੀਰ ਸੂਬਿਆਂ ਦੇ ਵਿਕਟਰੀ ਸਟੈਂਡ ਦੇ ਉੱਤੇ 1, 2 ਜਾਂ 3 ਪੋਜੀਸ਼ਨ ਦੇ ਉੱਤੇ ਸੀ, ਅੱਜ ਉਹ 18ਵੇਂ ਸਥਾਨ 'ਤੇ ਚਲਿਆ ਗਿਆ। ਬੜਾ ਅਫਸੋਸ ਇਸ ਗੱਲ ਦਾ, ਦੋਨੋਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਇਲਾਵਾ ਕੁਛ ਨਹੀਂ ਕੀਤਾ। ਸੋ ਉਮੀਦ ਨਹੀਂ ਸੀ ਸੁਖਜਿੰਦਰ ਰੰਧਾਵਾ ਜੀ ਇੱਦਾਂ ਦੀ ਮਾੜੀ ਹਰਕਤ, ਕਿਸੇ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੀ ਪ੍ਰਤਿਮਾ ਗੁਰੂ ਨਾਨਕ ਸਾਹਿਬ ਦੇ ਨਾਲ ਕਰਨਗੇ, ਗੁਰੂ ਨਾਨਕ ਸਾਹਿਬ ਵਰਗੇ। ਬੜਾ ਅਫਸੋਸ ਹੋਇਆ ਇਹ ਉਹਨਾਂ ਦਾ ਵੀਡੀਓ ਦੇਖ ਕੇ ਸੁਣ ਕੇ, ਜੇ ਉਹ ਕਹਿੰਦੇ ਕਿ ਇਹ ਵੀਡੀਓ ਐਡੀਟਿਡ ਹੈਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੀ ਤਹਿਕੀਕਾਤ ਕਰਾਉਣ ਵੀ ਕੀ ਇਹ ਵੀਡੀਓ ਐਡੀਟਿਡ ਜਾਂ ਨਹੀਂ। ਜੇ ਇਹ ਵੀਡੀਓ ਓਰਿਜਨਲ ਹੈਗਾ, ਕੋਈ ਇਹਦੇ 'ਚ ਐਡੀਟਿੰਗ ਨਹੀਂ ਹੈਗੀ,
फिर सख्त तो सख्त सज़ा जिहड़ी है वो ये मंत्री नूं ते जिहड़े इहदे नाल उत्थे हैगे उहनां नूं देनी बनदी है। उधर पंजाब कांग्रेस के प्रधान सुनील जाखड़ ने एक बार फिर पंजाब अते देश दे पखदे मसलियां ते अपनी सख्त टिप्पणी की है। उन्हां NRC दे मसले ते एक बार फिर भारतीय जनता पार्टी का जम के विरोध किया है। उन्हें यह भी कहा कि प्रकाश सिंह बादल अगे आउण अते भारतीय जनता पार्टी तो मंग करन कि पंजाब दे फंड मुहैया कराए जाण। सुनील जाखड़ ने स्पष्ट कह दिता कि पंजाब विच वधण जा रहे बिजली दे मुल लई सिर्फ अते सिर्फ अकाली दल जिम्मेदार है। बीजेपी अकालियों का जिहड़ा स्टैंड है बिल्कुल क्लीयर है, उन्होंने तो गोडे टेक रखे सन। उन्हों का स्टैंड एको ही है, साड़ी कुर्सी साढ़े तो ना खो, पंजाब BJP के नाम लिखते हैं, कुर्सी सानू बनाई रखो। सब देयर स्टैंड इज़ क्लीयर, वैदर इट इज़ राजवाणा, वैदर इट इज़ पंजाब, वैदर इट इज़ साढ़े फंड के पैसे है, साढ़े GST के, उन्होंने पंजाब गिरवी रखता साहब, साड़ी कुर्सी बची रहे। तो अज के दिन जिस तरह हिज अथॉरिटी इज़ बीइंग चैलेंज्ड, अकाली दल के प्रधान की विद इन द पार्टी सीनियर मोस्ट लीडर आफ्टर बादल साहब टींसा साहब जो कह रहे हैं भी वो एक फर्जी प्रधान है, आई थिंक उन्होंने अपनी कुर्सी का फिक्र है, पंजाब का फिक्र बिल्कुल साहब बिल्कुल। महंगाई के रेट है साहब, वो वास्ते मैं कल भी कह के आया दैट आई एम गिल्टी ऑफ नॉट हैविंग येट बीन एबल टू टेक दिस थिंग टू ए लॉजिकल कंकलूजन। आ सफेद हाथी बने हैं साहब, अज मेरे ख्याल से इस कॉन्फ्रेंस आई कैन गिव यू सारे भेज के भी आ जी उन्होंने कपैसिटी यूटिलाइजेशन है, 2 महीने होंगी इस साल के अंदर, 10 महीने वो सफेद हाथी वांगू खड़े चारा खाई जाते हैं। वी पंजाब नहीं अफोर्ड कर सकता हाथी पालन वास्ते साहब, वो जेड़ा इलैक्ट्रिसिटी बोर्ड तो नहीं साहब, लीडर ने किया, जेडे लोगों ने लीडर ने थर्मल प्लांट लवाए की मंतव सीगा, किस तरह उन्होंने डिमांड प्रोजेक्शनस कीतियां, किधर उस बिजली नू लैके जाना सीगा। अज दे दिन भी 2300 करोड़ रुपया उन्होंने खाली खड़े हाथियों चारा पाने वास्ते देना पैंदा है, खाली चलण दे जदों ना बिजली प्रोड्यूस करदे ना असी खरीदते, 2300 करोड़ रुपया देई जाने आ। उहदे बाद जिहड़ा कोयला खरीदण दे इहनां दे समझौते होए इन अकाली सरकार ने भी असी बिजली सरपलस करांगे पाकिस्तान नू भेज बेच के करांगे, वह कोयले के जिहड़े रेट है हरियाणा दे संभाल लो, हिमाचल किसी होर स्टेट दे राजस्थान दे देख लो, कोयले दी वॉशिंग दी कीमत विच पै के सारे हुए। उधर दिल्ली विच विधानसभा दीआं चोणां नू लै के जिथे आम आदमी पार्टी पूरी तरह नाल सरगर्म है, उत्थे ही भारतीय जनता पार्टी ने भी अपनी सरगर्मी नू वधा दित्ता है। भारतीय जनता पार्टी वल्लों व्यापारियों की नाराजगी नू दूर करन दीआं कोशिशां भी कीतियां जा रही ने। ताल कटोरा स्टेडियम दे विच सोमवार नू व्यापारियों लई एक सम्मेलन का प्रबंध किया गया। उधर निर्मला सीतारमन, हरदीप पुरी और पीयूष गोयल भी उचेचे तौर पर मौजूद रहेंगे। व्यापारियों की समस्याओं को मोदी सरकार ने पिछले सालों के अंदर सुलझाया भी है और उनको कई तरह की सुविधाएं दी हैं। सबसे बड़ी बात तो यह है, अब GST को लेकर व्यापारी कह रहे हैं कि ये एक बहुत बड़ा कदम उठाया गया है जिससे हम बहुत खुश हैं। पिछले दिनों के अंदर 250 ऐसी वस्तुएं थी जिस पे GST कम हुआ है। इसी तरीके से आपने देखा होगा जब जब जो व्यापारी की समस्या आई, कन्वर्जन चार्जेस की आई तो हमने कन्वर्जन चार्ज समाप्त कर दिए, अगर आई कि जिम और रेस्टोरेंट को बंद किया जा रहा है हमने जिम और रेस्टोरेंट बंद ना हो इसके लिए मास्टर प्लान में संशोधन कर दिए, अगर ये आया कि अपना जो व्यापारी हैं उनको सीलिंग ना हो तो हमने सीलिंग के खिलाफ आवाज़ उठाई और निर्देश दिए हैं कि किसी तरह की सीलिंग नहीं हो। और अब 1 अप्रैल से 2020 से GST का फॉर्म बहुत ही सरल आएगा, जो मैं समझता हूँ कि व्यापारियों के लिए एक बहुत बड़ी सुविधा होगी। भ्रष्टाचार को समाप्त करने के लिए मोदी सरकार ने जितने भी व्यापारियों के स्कूटनी के अंदर केस आते थे उन केसों को अब लॉटरी से निकाला जाएगा, यानी कि इनकम टैक्स सेल टैक्स ऑफिसर को जो भी था ये पता ही नहीं होगा कि किस व्यापारी का केस हमारे पास आया है, तो रिश्वत लेने का सवाल ही पैदा नहीं होता। तो जैसे मैंने बताया कन्वर्जन चार्ज का मैंने आपको बताया, इसी तरीके से इंडस्ट्रियल एरिया के अंदर 64 ऐसे व्यापार किए जाएंगे जो नॉन पॉल्यूटेड हैं उनको भी परमिशन दे दी गई है। उधर संती केंद्र लुधियाना विखे शाही इमाम वालों वक् वक् समाजिक लोगों के नाल अते धार्मिक आगुओं के नाल एक बैठक का प्रबंध किया गया। इस मौके केंद्र सरकार तो विवादित बिल नूं रद्द करन दी मांग की गई। जब एहसान में वो NIC लागू हुई तो 19 लाख तो हिंदू थे जिनके पास कोई प्रूफ नहीं था, इन्होंने उसके बाद फिर ये पलटा मार के ये बिल ले आए, समझे नहीं। ये मकसद है कि ये धोखेबाज है, अब तो ये
मोदी जी कह रहे हैं कि हम तो एनआईसी की बात ही नहीं की, और होम मिनिस्टर जी कह रहे हैं हम कर रहे हैं, तो हम किसकी बात का दबार करें? ये झूठे लोग हैं जो झूठ बोलते हैं, समझे नहीं, ये झूठ की सियासत करते हैं, लोगों को ख़राब कर रहे हैं। असल में सबसे बड़ा मुद्दा है देश के अंदर गरीबी, देश के अंदर पानी पीने का नहीं है लोगों के अंदर, देश के अंदर रोटी खाने के लिए लोगों के पास नहीं है, और जिनाकारी आम हो गई है हिंदुस्तान के अंदर, सरेआम किसी लड़की को, जवान लड़की रात को घर से बाहर नहीं निकल सकती, रेप हिंदुस्तान बन गया है। उस बात को छुपाने के लिए अब ये नया फंडा शुरू कर दिया है, इनका काम ही यही है। योगी जो हैं वो ये समझ रहे हैं कि मैं ऐसा करके हिंदुओं की वोट हासिल कर लूँगा, और मैं आपको यकीन के साथ कहता हूँ, मेरी बहुत हिंदू लोगों से बात की है, बड़े बड़े विद्वानों से, वो कह रहे हैं हम इनके साथ नहीं है, ये गलत कदम कर रहे हैं, आने वाले इलेक्शन में उसको पता, अगर ये बेईमानी नहीं करेंगे तो ये कभी नहीं जीत सकते। वो इसी को इनको पहला तोहफा मिला है झारखंड के अंदर, अब बाकी जगह भी आप ब्लड पेपर पे आप करवा लीजिए, अगर ये जीत जाए मुझे पकड़ लेना, 10,000 सीटें बीजेपी नहीं ले जा सकती। नरे नर बेईमान ये लोग हैं, और जो बड़े बड़े सरमायादार पीछे लगे हुए हैं तो देश को कंगाल कर रहे हैं, मैं उनका नाम नहीं लेना चाहता, क्योंकि मीडिया जो नेशनल मीडिया उनके पास है, समझे नहीं, वो इनको खराब कर रहे हैं, इस देश को बेच रहे हैं वो लोग जो है जो बार के मुल्कों के पास। उधर गुरदासपुर भारतीय जनता पार्टी के आगू न सर्वसम्मति दे नाल ज़िला प्रधान चुन लिया गया। सर्वसम्मति दे नाल परमिंदर सिंह गिल नूं भाजपा का प्रधान बना दिता गया। उधर राकेश पाटिया तीजी वार बने ने बटाला भाजपा के प्रधान। सो गुरदासपुर अते बटाला के प्रधानां दे नाम का फैसला हो गया। उधर वख-वख आगुआं ने कहा कि हुण पंजाब भाजपा के नवें प्रधान का भी फैसला जल्द होएगा। साथियों दो वार मेरे जिहड़े पार्टी प्रति कम्मां नूं देखदे होए, पार्टी के प्रति निष्ठा नूं वेखदे होए, जो हाईकमान ने मेरे उत्ते विश्वास जता के मैनूं प्रधान बनाया, जिहड़े काम पार्टी देगी, जो पार्टी का आदेश होएगा, पार्टी के दिशा निर्देशों मुताबक ही चल के उन्हां नूं पूरा करांगा, और पार्टी के विश्वास जो मेरे ते जताया उह ते खरा उतरांगा। परदा ते हर पार्टी दे विच कुछ हुंदी है, गुटबाजी ते असीं कह के फैला दिंदे हां, कोई इहो जिही पार्टी, कोई इहो जिहा परिवार नहीं हैगा जिहदे च छोटियां मोटियां गल्लां ना होण, लेकिन कोई वड्डे पद्धर दे उत्ते जो पार्टी की गल आती है, संगठन की गल आती है, उदों पार्टी एक मुठ है। ये बीजेपी की भारतीय जनता पार्टी की सब तो वड्डी ताकत है, तो निश्चित रूप के नाल असीं रल के सारा काम करन जा रहे हैं, और बिल्कुल बिल्कुल उन्हां तो बगैर कुछ भी नहीं है, टीम वर्क है। अपनी हाईकमांड का बहुत ही तह दिलों धन्यवाद करते हैं कि इन्होंने सानू बहुत ही एक सूझवान ते नौजवान सानू एक लीडर दिता, ते असीं सारा ही इलाका दावा करते हैं इस गल नाल कि इस लीडर दे नाल असीं चल के ते अपना जिले नूं पूरा मतलब उचाइयां तक लैके जावांगे, ते सानू पार्टी दा बहुत ही ज़्यादा तह दिलों धन्यवाद करते हैं। उधर पंज प्यारियां दी अगवाई दे विच दिल्ली विच एक भरवें नगर कीर्तन का प्रबंध किया गया। श्री गुरुद्वारा रकाबगंज साहब तो फतेह नगर तक इस नगर कीर्तन का प्रबंध किया गया सी। इस मौके दिल्ली सिख गुरद्वारा मैनेजमेंट कमेटी के प्रधान मनजिंदर सिंह सिरसा और उप प्रधान रणजीत कौर तो अलावा धर्म प्रचार कमेटी के प्रधान जतेंद्र पाल सिंह गोल्डी भी उचेचे तौर पर मौजूद रहे। इस नगर कीर्तन दौरान संगतां दा उत्साह देखदिया ही बनता सी। असीं उन्हां सारिआं नूं दा बहुत बहुत धन्यवाद करते हैं, गुरु चरणां च यही बेनती जो जिहड़ी अरदास करते हैं, जिन्हां जिन्हां ने गुरु साहब जी दे इस नगर कीर्तन अपनी सेवा लाई पाई आ, उन्हां दी सेवा गुरु साहब अर्थे लाउण, इस तरह कौम नूं चढ़दी कला बख्शण, सिख एकजुट हो के गुरु साहिबाना दे प्रकाश पुरब वड्डे पद्धर ते मना सके, और ये दिहाड़ा 2 तरीक नूं दिल्ली दे अंदर गुरुद्वारा रकाबगंज साहब दे अंदर बहुत वड्डे पद्धर ते दीवान सजाए जाणगे, और गुरु गोबिंद सिंह पातशाह जी का प्रकाश पुरब दिल्ली के हर इतिहासिक गुरुद्वारा साहब अंदर, और विशेष तौर पर गुरुद्वारा मोती बाग साहब, गुरुद्वारा नानक प्यो साहब, गुरुद्वारा काबगंज साहब, बंगला साहब, हर जगह ही बहुत वड्डे पद्धर से मनाया जाएगा। मैं समूह शासकों साहबा ने साहब कमाल साहब श्री गुरु महाराज के प्रकाश पुरब दिया लख लख बधाइया देना ही कहेंगे, उन्होंने उपदेश, उन्होंने आदेश जो उन्होंने आखे उन्होंने राह चलीए, कहीं साढ़े सारे ग्रुप बनाए सहेले हैं। वाहेगुरू जी का खालसा, वाहेगुरू जी की फतह। नवीं ताज़िया खबरों फिर मुलाकात होएगी। सुरेंद्र डल्ला ने दो इजाजत, धन्यवाद।